सिर ते हथ रख के सेवा लेना। पिता जी गुरु अंगद साहब जी की बच्ची बीबी अमरो जी के जीवन पर 15 मिनट एक बारी आओ। वो प्यो दे वैराग दे नशे ए हिरदे ते उन्हों सब तो उची जगह पा के प्यार विच उन्हों दी बाणी नाल जुड़िए। सो क्यों मंदा बीबी अमरो जी गुरु अंगद साहब जी की सपुत्री इन्हों का जन्म खंडूर साहब 2 भरा एक भैन इन्हों की भाव गुरु अंगद साहब के 2 सपुत्र हो गए 2 सपुत्रियां दासू जी ते दातू जी आ बीबी अमरो जी ते बीबी अनोखी जी ये 2 नंबर ते होए। बीबी अमरो जी दे वड्डे भरा ने दातू जी 2 नंबर ते ने बीबी अमरो जी फिर 3 नंबर ते भैण अनोखी 4 ते फिर दासू जी। गुरु अंगद देव जी दे गुरु नानक दे नाल जुड़न तो बाद पहले पत्नी माता खीवी जी रंग च रंगे गए है, फिर लिखे भी औलाद ओदे रंग च रंगी गई ओदे विच ए महान बीबी बीबी अमरो जी सत 8 राइटर ने एक गल लिखी है। उदे नाल ना नाम च मन जुड़दा है। ये 7-8 राइटर ने लिखा जी, जरा बरीकी ना सुनियो बीबी अमरो जी बारे। बीबी अमरो जी का जेड़ा अभ्यास अवस्था मैं हुण बोलन लगा, भगती का शरीर विच एहो जा निवास सी बीबी अमरो जी दे अंदर, भगती का एहो जा निवास सी कि जेड़ा बीबी अमरो जी अल वेख भी लैंदा सी ते उना दे शरीर विच्चों भगती दे दर्शन होंदे सी। ये बड़ी गल बरीक जे बड़ी प्यारी बात है भी भगती इन्नी शरीर च निवास कर गई है, उन्हां नूं कोई वेखदा सी ते प्रतख भगती दे दर्शन हुंदे सी। ओ फिर सामने दर्शन करन वाले दा भी नाम चल पैंदा सी। हुण कोई कोई इह बरीकी समझ सकेगा तुहाडे च। जिन्हां ने तुहाडे विच्चों
गल खुल जे जिन्हां ने तुहाडे चों बाबा कुंदन सिंह जी नानक सारालियां दे दर्शन कीते उन्हां नूं वी इह चीज नज़र आई होएगी कि बाबा कुंदन सिंह जी जदों सामने आउंदे सी उन्हां दे विच्चों वी भगती दे दर्शन होंदे सी। आखो सतनाम श्री अकाल। ਇਹ ਅਮਰੀਕ ਸਿੰਘ ਗਨੈਸਕ ਬਾਬਾ ਗੁਰਮੁਖ ਸਿੰਘ ਜੀ ਕੁਝ ਹੋਰ ਰਾਈਟਰਾਂ ਨੇ ਬਾਬਾ ਆਨੰਦ ਸਿੰਘ ਦਾ ਇਤਿਹਾਸ ਲਿਖਿਆ ਕਿ ਉਹਨਾਂ ਦੀ ਇੰਨੀ ਭਗਤੀ ਸੀ ਕਿ ਬਾਬਾ ਆਨੰਦ ਸਿੰਘ ਜੀ ਨਾਲ ਕੋਈ ਅੱਖ ਨਾਲ ਅੱਖ ਮਿਲਾ ਕੇ ਵੇਖ ਨਹੀਂ ਸੀ ਸਕਦਾ। ਐਡੀ ਸ਼ੇਰ ਅੱਖ ਸੀ। ਆਖੋ ਸਤਨਾਮ। ਇਹ ਮੈਂ ਕਿਵੇਂ ਆਪ ਜੀ ਨੂੰ ਇਸ਼ਾਰਾ ਕਿ ਇਹ ਬੀਬੀ ਅਮਰੋ ਜੀ ਦੀ ਪਹਿਲੀ ਇਹ ਗੱਲ ਲਿਖੀ ਹੈ। ਇਹ ਚੀਜ਼ਾਂ ਸੁਣ ਕੇ ਨਾ ਮੇਰੀ ਬੇਨਤੀ ਹੈ, ਜਾਂ ਤਾਂ ਅਰਦਾਸ ਕਰਿਆ ਕਰੋ ਅਤੇ ਜਾਂ ਜੇ ਕਿਰਪਾ ਹੋ ਜਾਵੇ ਤਾਂ ਬਹੁਤ ਵਧੀਆ, ਲਿਆਓ ਇਹ ਭਗਤੀ ਮਾਰਗ ਲਿਆਓ। ਪਹਿਲੀ ਗੱਲ ਇਹ ਲਿਖੀ ਕਿ ਭਗਤੀ ਦਾ ਸਰੀਰ ਵਿੱਚ ਇਹੋ ਜਿਹਾ ਨਿਵਾਸ ਸੀ ਕਿ ਪ੍ਰਤੱਖ ਬੀਬੀ ਅਮਰੋ ਜੀ ਨੂੰ ਕੋਈ ਵੇਖਦਾ ਸੀ ਅਤੇ ਅੱਖਾਂ 'ਚੋਂ ਚਿਹਰੇ 'ਚੋਂ ਭਗਤੀ ਉਹਦੇ ਦਰਸ਼ਨ ਹੁੰਦੇ। ਦੂਜਾ ਲਿਖਿਆ ਇਤਿਹਾਸਕਾਰਾਂ ਨੇ ਕਿ ਬੀਬੀ ਅਮਰੋ ਜੀ ਭਗਤੀ 'ਚ ਇੰਨੇ ਰੰਗੇ ਹੋਏ ਸਨ ਕਿ ਭਗਤੀ ਉਹਨਾਂ ਦੇ ਰੋਮ ਰੋਮ ਵਿੱਚ ਵਸੀ ਹੋਈ ਸੀ, ਰੋਮ ਰੋਮ ਵਿੱਚ। ਅਤੇ ਸੂਰਜ ਪ੍ਰਕਾਸ਼ ਇਤਿਹਾਸਕ ਗ੍ਰੰਥ ਉਹਦੇ 'ਚ ਕਵੀ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ, ਸੁਣਿਓ ਪਿਆਰ ਨਾਲ। ਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਵੀ ਬੀਬੀ ਅਮਰੋ ਜਿਨ੍ਹਾਂ ਦਾ ਅੱਜ ਜੀਵਨ ਸੁਣ ਰਹੇ ਹੋ 21ਵੇਂ ਭਾਗ 'ਚ, ਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਵੀ ਬੀਬੀ ਅਮਰੋ ਇਸ ਤਰ੍ਹਾਂ ਦੀ ਭਗਤੀ ਸੀ ਕਿ ਜਿਵੇਂ ਭਗਤੀ ਨੇ ਬੀਬੀ ਅਮਰੋ ਜੀ ਦਾ ਸਰੂਪ ਧਾਰ ਕੇ ਗੁਰੂ ਅੰਗਦ ਦੇਵ ਜੀ ਦੇ ਘਰ ਭਗਤੀ ਨੇ ਜਨਮ ਲੈ ਲਿਆ। ਆਖੋ ਸਤਨਾਮ। ਭਗਤੀ ਬੀਬੀ ਅਮਰੋ ਦੇ ਰੂਪ ਵਿੱਚ ਜਿਵੇਂ ਗੁਰੂ ਅੰਗਦ ਸਾਹਿਬ ਘਰ ਉਹਨੇ ਜਨਮ ਲੈ ਲਿਆ। ਆਖੋ ਸਤਨਾਮ। ਇਹ ਤੁਹਾਡੇ ਚੋਂ ਕੋਈ ਕਵੇ ਵੀ ਗੁਰਕਬਾਲ ਸਿੰਘ ਆਪਣੇ ਕੋਲੋਂ ਕਹੀ ਜਾ ਰਿਹਾ, ਮੈਂ ਗਾ ਕੇ ਪੜ੍ਹਨਾ ਸੀ, ਚਲੋ ਸਮਾਂ ਬਚਾ ਰਹੇ ਹਾਂ। ਭਗਤ ਧਾਰ ਪਾਪ ਅਪਨੋ, ਇਹ ਸੂਰਜ ਪ੍ਰਕਾਸ਼ ਦੀਆਂ ਪੰਗਤੀਆਂ। ਆਪਣੇ ਬਾਪ ਦੇ ਘਰ ਬੀਬੀ ਅਮਰੋ ਜੀ ਭਗਤੀ ਦਾ ਰੂਪ ਧਾਰ ਕੇ, ਭਗਤ ਧਾਰ ਬਾਪ ਆਪਣੋ ਉਪਜੀ ਸਤਿਗੁਰ ਧਾਮ, ਧਾਮ ਕਹਿੰਦੇ ਘਰ ਨੂੰ, ਜਿਵੇਂ ਸਤਿਗੁਰ ਦੇ ਘਰ ਭਗਤੀ ਦਾ ਜਨਮ ਧਾਰ ਕੇ ਬੀਬੀ ਅਮਰੋ ਉੱਤਰ ਆਏ। ਹੁਣ ਕਹਿ ਦਿਓ ਗੱਜ ਕੇ ਸਤਨਾਮ। ਭਗਤ ਧਾਰ ਬਾਪ ਆਪਣੋ ਉਪਜੀ ਸਤਿਗੁਰ ਧਾਮ। ਆ ਜਿੰਨੇ ਵੀ ਅੱਜ ਮੈਂ ਕਹਿੰਦਾ ਵੀ ਪਤਾਸੇ ਵਾਲਾ ਸਤਸੰਗ ਕਰਿਓ, ਕਈ ਵਾਰ ਇੱਥੇ ਬਹਿ ਕੇ ਮਨ ਫੈਸਲਾ ਲੈ ਲੈਂਦਾ ਕਿ ਹੁਣ ਘਰ ਜਾਂਦਿਆਂ ਸਿਮਰਨ ਛੱਡਣਾ ਨਹੀਂ, ਰੋਟੀ ਪਕਾਉਂਦਿਆਂ ਖਾਂਦਿਆਂ ਰਾਤ ਸਿਮਰਨ ਛੱਡਣਾ ਨਹੀਂ, ਸਵੇਰੇ ਫਿਰ ਇਸ ਤਰ੍ਹਾਂ ਹੀ ਛੱਡਣਾ ਨਹੀਂ, ਹੁਣ ਭਗਤੀ ਮੈਂ ਵੀ ਅਪਣਾਉਣੀ ਹੈ। ਪਰ ਪੱਥਰ ਵਾਲਾ ਸੰਗ ਨਾ ਕਰਿਓ, ਜਿੰਨਾ ਚਿਰ ਪਾਣੀ 'ਚ ਉਹਨਾਂ ਚਿਰ ਗਿੱਲਾ, ਥੋੜ੍ਹੇ ਚਿਰ ਬਾਅਦ ਫਿਰ ਨਾ ਸੁੱਕ ਜਾਵੇ। ਤੌਲੀ ਵਾਲੇ ਨਾ ਵੀ ਕਰਿਓ ਵੀ ਤੌਲੀ ਵਾਲਾ ਦੋ ਚਾਰ ਘੰਟੇ ਤੌਲੀਆ ਪਾਣੀ 'ਚ ਪਾ ਦਿਓ ਅਤੇ ਗਿੱਲਾ, ਥੋੜ੍ਹੇ ਚਿਰ ਬਾਅਦ ਫਿਰ ਸੁੱਕ ਜਾਂਦਾ। ਪਤਾਸੇ ਵਾਲਾ ਸਤਸੰਗ ਕਰਿਓ, ਉਹ ਆਪਣਾ ਪਹਿਲਾ ਰੂਪ ਹੀ ਛੱਡ ਦਿੰਦਾ। ਆਖੋ ਸਤਨਾਮ। ਪਾਣੀ 'ਚ ਪਾ ਦਿਓ, ਆਪਣਾ ਰੂਪ ਹੀ ਖਤਮ ਕਰ ਦਿੰਦਾ, ਘੁੱਲ ਜਾਂਦਾ। ਅਤੇ ਦਾਸ ਤੇ ਇੰਜ ਸਮਝਦਾ ਕਿ ਅਸੀਂ ਜਿੰਨੀ ਵੀ ਚਿਰ ਤੋਂ ਵੀਰਵਾਰ ਦਾ ਪ੍ਰੋਗਰਾਮ ਹਾਜ਼ਰੀ ਲੱਗ ਰਹੀ ਹੈ ਅਤੇ ਉਹਦੇ ਦੋ ਮਨੋਰਥੀ ਨੇ, ਇੱਕ ਤਾਂ ਭਗਤੀ ਪੈਦਾ ਕਰੋ, ਇਹ ਸਭ ਤੋਂ ਉੱਚੀ ਬਾਤ ਹੈ, ਬਾਕੀ ਨਿੱਕੇ ਨਿੱਕੇ ਕਲੇਸ਼ਾਂ ਤੋਂ ਪਾਸੇ ਰਹੋ, ਉਹ ਨਹੀਂ ਮੁੱਕਣੇ। ਆਖੋ ਸਤਨਾਮ। ਉਹ ਆਪਣੀ ਜਗ੍ਹਾ ਤਲੀ ਜਾਣੇ। ਦੂਜਾ
एहसासा विच भगती दियां बैटरियां चार्ज करनियां ते दूजा गुरु ग्रंथ साहब नूं हाजर कलगियां ला समझ के चौंकड़ा मारिया उन्ने ते अपनियां अरदासां करनियां जे मेरे कर्म नहीं ते मैनू इत्थों कर्म लिखा के भेज दे तू लिखा दे कृपा। अज दिल करदा कैसी हो बीबी अमरो जी होणगे भी उन्हां वल कोई वेख भी लवे ते नेत्रां चो भगती चोवे चेहरे चो भगती चोवे जिवें बाबा कुंदन सिंह दे चेहरे चो चोंदी सी। मैं मिसाल उन्हां दी तां दे रहा भी तू साडे चो बहुतियां ने पता लग जाए भी आ सी। आ एक दो मिनट अरदास करियो मेरी भी ते अपनी भी। धारना बोल रहे हैं कदी कदी ऐ मेरे कलगी वाले एहो जे तेरे प्यारे धन ने जिन्हां दे नेत्रां चो भगती चोवे चेहरे चो भगती चोवे कोई उन्हां दे कोल बह जाए ते सिमरन चल पे। धन तेरे प्यारे कलगी वालिया ओ धन ने
ਅੱਖੀਆਂ ਮੂੰ ਕਹੀ ਨਾ ਜਹੀਆਂ ਯਾਰ ਵੇ ਹਿੱਕ ਤੋਂ ਹਿੱਕ ਚੜੇ ਮੌਕੇ ਸੁਚਦੇ ਹੀਆਂ ਇੱਕ ਨੂੰ ਇੱਕ ਝਾੜੇ ਅਨਕ ਪਿਆਰੇ ਨਿਤ ਕਰਦੇ ਭੋਗ ਵਿਲਾਸਾ ਬਿਨਾਂ ਦੇਖ ਮਨ ਚਾਉ ਉਠੰਦਾ ਤਿਨਾਂ ਦੇਖ ਤਿਨਾਂ ਦੇਖ ਤਿਨਾਂ ਦੇਖ ਮਨ ਚਾਉ ਉਠੰਦਾ ਸੰਤ ਵਰਿਆਮ ਸਿੰਘ ਰਤਵਾੜੇ ਵਾਲੇ ਆਪਣੇ ਸੇਵਕ ਦੇ ਕਹਿਣ ਤੇ ਇੱਕ ਵਾਰੀ ਦੱਸਿਆ ਸੀ ਜੇ ਸਾਨੂੰ ਰੰਗ ਲੱਗਾ ਹੈ ਤੇ ਗੁਰੂ ਨਾਨਕ ਦੀ ਸੰਗਤ ਵਿੱਚ ਸੁਣਿਆ ਕੋਈ ਕਥਾ ਕਰ ਰਿਹਾ ਸੀ ਜੇ ਪੰਜ ਘੰਟੇ ਚੌਂਕੜਾ ਅਭਿਆਸ ਨਾਮ ਬਾਣੀ ਦਾ ਹੋ ਜੇ ਤੇ ਉਹਦਾ ਰਸਤਾ ਵੀ ਸੁਹਾਗਣਾ ਵੱਲ ਤੁਰ ਪੈਂਦਾ ਹੈ ਆਖੋ ਸਤਨਾਮ ਉਹ ਸੁਣਿਆ ਬਸ ਬਾਲਿਆ ਅੰਦਰ ਹੁਣ ਅੱਜ ਤੋਂ ਪੰਜ ਘੰਟੇ ਗੁਰੂ ਸੇਵਾ ਲਵੇ ਇਹਨੂੰ ਕਹਿੰਦੇ ਨੇ ਗੁਰੂ ਚਾਹਵੇ ਤੇ ਪਤਾ ਨਹੀਂ ਸੰਗਤ ਵਿੱਚ ਸੁਣ ਕੇ ਹੀ ਵਾਰੀ ਲਿਆ ਦੇਵੇ ਆਖੋ ਸਤਨਾਮ ਉਹਦਾ ਕੋਈ ਪਤਾ ਨਹੀਂ ਪਟਿਆਲੇ ਦੇ ਕੋਲ ਮਹਾਂਪੁਰਸ਼ਾਂ ਦਾ ਸਥਾਨ ਹੈ ਉਹਨਾਂ ਨੇ 40 ਦਿਨ ਦਾ ਪ੍ਰੋਗਰਾਮ ਰੱਖਿਆ ਸੀ ਜਿੰਨੀ ਸੰਗਤ ਨਾਲ ਪਿਆਰ ਵਾਲੀ ਅਟੈਚ ਸੀ 13 ਲੱਖ ਰੋਜ਼ ਦਾ ਮੂਲ ਮੰਤਰ ਜਾਪ ਕਰਨਾ ਹੈ ਇੱਕ ਜਗ੍ਹਾ ਆ ਕੇ ਪਟਿਆਲੇ ਸਥਾਨ ਹੈ 5 ਵਜੇ ਸਵੇਰੇ ਆਰੰਭ ਹੁੰਦਾ ਸੀ ਸ਼ਾਮੀ 5 ਵਜੇ ਜਾਣ ਲੱਗਿਆ ਰਜਿਸਟਰ 'ਤੇ ਹਰ ਇੱਕ ਨੇ ਲਿਖ ਕੇ ਜਾਣਾ ਭਾਵੇਂ ਕੋਈ 2 ਘੰਟੇ ਆਇਆ 3 ਘੰਟੇ ਇੱਕ ਸੱਜਣ ਨੇ ਬਚਨ ਸੁਣਾਇਆ ਸੀ ਹੁਣ ਅੰਮ੍ਰਿਤਸਰ ਉਹ ਸੱਜਣ ਉਹਨੂੰ ਦਾਸ ਨੇ ਪੁੱਛਿਆ ਸੀ ਤੇਰਾ ਸਿਮਰਨ ਕਿਵੇਂ ਚੱਲ ਪਿਆ ਉਹ ਸਿਮਰਨ ਚੱਲਦਾ ਉਹਦਾ ਜੀ ਸੁਹਾਗਣਾ 'ਚ ਆ ਗਿਆ ਉਹ ਕਹਿੰਦਾ ਉਹ 40 ਦਿਨ ਵਿੱਚ ਮੈਂ ਵੀ ਨਾਲ ਖਾਤਾ ਹਾਕੋ ਕਹਿੰਦਾ ਮੈਂ ਉਹ ਬੰਦਾ ਜਿਹਨੇ 2 ਮਾਲਾ ਰੋਜ਼ ਦੀਆਂ ਕਦੀ ਮੂਲ ਮੰਤਰ ਦੀਆਂ ਨਹੀਂ ਕੀਤੀਆਂ ਉੱਥੇ ਵਾਈਬ੍ਰੇਸ਼ਨ ਇਹੋ ਜਿਹੀ ਸੀ ਸਾਰੇ ਆ ਕੇ ਜਪਦੇ ਸੀ ਤੇ ਇੱਕ ਨਿਸ਼ਾਨਾ ਰੱਖਿਆ ਸੀ ਦਿਹਾੜੀ 13 ਲੱਖ ਰੋਜ਼ ਦਾ ਜਾਪ ਹੋਵੇ 40 ਦਿਨ ਇੰਜ ਤੇ ਸੰਬੰਧ ਕੀ ਸੀ ਗੁਰੂ ਅਰਜਨ ਦੇਵ ਜੀ ਦਾ ਦਿਹਾੜਾ ਉਹਨਾਂ ਦੀ ਖੁਸ਼ੀ ਲੈਣ ਲਈ ਸੰਗਤ ਕਿਸੇ ਬਹਾਨੇ ਜੁੜੇ ਦਾਸ ਨੇ ਉਹਨੂੰ ਪੁੱਛਿਆ ਸੀ ਸੱਜਣ ਨੂੰ ਤੇਰਾ ਸਿਮਰਨ ਕਿਵੇਂ ਚੱਲ ਪਿਆ ਸੁਹਾਗਣਾ 'ਚ ਕਿਵੇਂ ਆ ਗਿਆ ਵਿਸਰਦਾ ਹੀ ਨਹੀਂ ਉਹਨੇ ਕਿਹਾ ਸੀ ਮੈਂ 2 ਮਾਲਾ ਵੀ ਰੋਜ਼ ਨਹੀਂ ਕਰ ਸਕਣ ਵਾਲਾ ਉੱਥੇ 40 ਦਿਨ ਨਾਲ ਖਾਇਆ 2 ਦੇ ਨਾਲ 0 ਲੱਗ ਗਈ 0 20 ਮਾਲਾ ਮੂਲ ਮੰਤਰ ਦੀਆਂ ਰੋਜ਼ ਮੇਰੇ ਕੋਲੋਂ ਪਟਿਆਲੇ ਉਹ ਜਗ੍ਹਾ ਤੇ ਗੁਰੂ ਨੇ ਸੇਵਾ ਲੈਣੀ ਰੋਜ਼ ਉਹਨੇ ਆਖਿਆ ਫਿਰ ਉਹ 40 ਦਿਨਾਂ ਵਿੱਚ ਉਹਨੇ ਬਸ ਵਾਰੀ ਲੈ ਆਉਂਦੀ ਆਖੋ ਸਤਨਾਮ ਵਿਦ ਬਣਾ ਤੀ ਇਹ ਮੈਂ ਤਾਂ ਨਹੀਂ ਕਹੀ ਜੀ ਟੂਕਾਂ ਆਪ ਜੀ ਨਾਲ ਵੀ ਉਹਦਾ ਕੋਈ ਪਤਾ ਨਹੀਂ ਜੇ ਉਹਨੇ ਜੇ ਕੋਈ ਵਾਰੀ ਲਿਆਉਣੀ ਹੈ ਤੇ ਇਸ ਤਰ੍ਹਾਂ ਬੈਠਿਆਂ ਲੈ ਵੇ ਵਾਰੀ ਲਿਆਉਣੀ ਹੈ ਤੇ ਪਤਾ ਨਹੀਂ 3-ਵੀਲਰ 'ਚ ਜਾ ਰਹੇ ਹੋ ਕਿਸੇ ਨੇ ਕੋਈ ਬਚਨ ਸੁਣਾ ਤਾ ਤੇ ਤੁਹਾਨੂੰ ਰੰਗ ਲੱਗ ਗਿਆ TV ਤੇ ਕੋਈ ਬਚਨ ਸੁਣ ਰਿਹਾ ਤੇ ਰੰਗ ਲੱਗ ਗਿਆ ਅੱਜ ਅਰਦਾਸ ਕਰੋ ਮਹਾਰਾਜ ਕਿਰਪਾ ਕਰ ਦਿਓ
अपनी शरण ते अपनी बख्शिश दे खाते विच्चों अपनी शरण रख के महाराज सच्चे पातशाह ग्रिस्तियां भी निभी जान ओ वारी भी साड़ी भी ले आओ।